ਕੇਂਦਰ ਵੱਲੋਂ ਤਿੰਨ ਆਰਡੀਨੈਂਸ ਨੂੰ ਲੈ ਕੇ ਪੰਜਾਬ ਦੇ ਵਿੱਚ ਕਮਾਂਸਾਂ ਛੜੀ ਹੋਈ ਹੈ ਤਾਂ ਕਿ ਪੰਜਾਬ ਦਾ ਕਿਸਾਨ ਸੜਕਾਂ ਤੇ ਪੰਜਾਬ ਦੀ ਇੰਡਸਟਰੀ ਦਾ ਕੀ ਹਾਲ ਹੈ ਸਾਡੇ ਨਾਲ ਇਸ ਵੇਲੇ ਨੇ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ अरोड़ा अरोड़ा ਸਾਹਿਬ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਨੇ ਕੇਂਦਰ ਆਪਣਾ ਅੜੀਅਰ ਰਵਈਆ ਅਪਣਾਇਆ ਹੋਇਆ ਹੈ ਤਾਂ ਉਹਨਾਂ ਕੋਲ ਇਸ ਵੇਲੇ ਕੀ ਹਾਲਾਤ ਕੀ ਨੇ ਇੰਡਸਟਰੀ ਦੇ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਨਾ ਕਿ ਜਿੱਥੇ ਸਾਡਾ ਕਿਸਾਨ ਅੱਜ ਸੜਕਾਂ ਤੇ ਹੈ ਉਹਦੇ ਨਾਲ ਨਾਲ ਪੰਜਾਬ ਦੇ ਵਪਾਰ ਵੀ ਇਸ ਤਰ੍ਹਾਂ ਹਾਲਾਤ ਬਣਾ ਦਿੱਤੇ ਗਏ ਆ ਪੰਜਾਬ ਦੀ ਇੰਡਸਟਰੀ ਦੇ ਕਿ ਆਉਣ ਵਾਲੇ ਸਮੇਂ 'ਚ ਇਦਾਂ ਲੱਗਦਾ ਕਿ ਇੰਡਸਟਰੀ ਵਾਲੇ ਵੀ ਸਾਰੇ ਸੜਕਾਂ ਤੇ ਆ ਜਾਣਗੇ ਸਾਡੇ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹਰ ਤਰ੍ਹਾਂ ਦਾ ਇੱਕ ਤਰ੍ਹਾਂ ਇਹ ਕਹਿ ਸਕਦੇ ਆ ਕਿ ਜਦੋਂ ਇੱਕ ਇਲੈਕਟਿਡ ਗਵਰਨਮੈਂਟ ਜਿਹੜੀ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ 3 ਕਰੋੜ 40 ਲੱਖ ਦੇ ਲੋਕਾਂ ਦੀ ਪੰਜਾਬ ਜਿਹੜੀ ਗਵਰਨਮੈਂਟ ਹੈ 3 ਲੱਖ 3 ਕਰੋੜ 40 ਲੱਖ ਦੀ ਵਾਦੀ ਵਾਲੀ ਸਰਕਾਰ ਰਾਸ਼ਟਰਪਤੀ ਸਾਹਿਬ ਤੋਂ ਟਾਈਮ ਮੰਗਦੇ ਆ ਨਾਲ ਚੁਣੇ ਹੋਏ ਨੁਮਾਇੰਦੇ ਤਿੰਨ ਵਾਰੀ ਟਾਈਮ ਮੰਗਣ ਤੋਂ ਬਾਅਦ ਟਾਈਮ ਨਹੀਂ ਮਿਲਦਾ ਫਿਰ ਆਪਾਂ ਉੱਥੇ ਜਾ ਕੇ ਧਰਨਾ ਦਿੱਤਾ ਪ੍ਰੋਟੈਸਟ ਦੇ ਅੰਦਰ ਕਿ ਸਾਨੂੰ ਟਾਈਮ ਕਿਉਂ ਨਹੀਂ ਦਿੱਤਾ ਜਾ ਰਿਹਾ ਅਸੀਂ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਕਿਸਾਨ ਦੀ ਗੱਲ ਕਰਨਾ ਚਾਹੁੰਦੇ ਹਾਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰਨਾ ਚਾਹੁੰਦੇ ਹਾਂ ਲੇਕਿਨ ਸਮਾਂ ਨਹੀਂ ਮਿਲਿਆ ਇਹ ਸਾਡੇ ਨਾਲ ਵਿਤਕਰਾ ਹੋ ਰਿਹਾ ਕੋਈ ਇਹਨਾਂ ਦਿਨਾਂ ਦੇ ਵਿੱਚ ਟ੍ਰੇਨਾਂ ਨਾ ਚੱਲਣ ਕਰਕੇ 20000 ਕਰੋੜ ਰੁਪਏ ਦੇ ਜਿਹੜਾ ਇੰਡਸਟਰੀ ਦਾ ਲਾਸ ਹੋਇਆ ਅਜੇ ਕਾਫੀ ਡਿਸਟ੍ਰਿਕਟ ਦੀ ਰਿਪੋਰਟ ਆਣੀ ਬਾਕੀ ਹੈ ਇਥੇ ਮੈਂ ਜਲੰਧਰ ਲੁਧਿਆਣਾ ਗਿਆ ਸੀ ਦੋ ਤਿੰਨ ਜਿਲ੍ਹਿਆਂ ਦੇ ਵਿੱਚ ਹੀ 20000 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ ਕਰੋਨਾ ਅਰਬਾਂ ਰਪਿਆਂ ਦੇ ਜਿਹੜੇ ਕਨਸਾਈਨਮੈਂਟ ਸੀ ਜਿਹੜੇ ਬਾਹਰਲੇ ਕੰਟਰੀ ਦੇ ਆਰਡਰ ਸੀ ਉਹ ਮਾਲ ਬਣੇ ਪਏ ਨੇ ਮਾਲ ਜਾ ਨਹੀਂ ਰਿਹਾ ਔਰ ਉਹਦੇ ਨਾਲ ਨਾਲ ਇਹਨਾਂ ਨੂੰ ਬਲੈਕਲਿਸਟ ਕੀਤਾ ਜਾ ਰਿਹਾ ਆ ਆਰਡਰ ਕੈਨਸਲ ਹੋ ਰਹੇ ਨੇ ਜੁਰਮਾਨੇ ਲਗਾਏ ਜਾ ਰਹੇ ਨੇ ਜਿਹੜਾ ਇੰਪੋਰਟ ਹੋਣਾ ਸੀ ਉਹ ਸਮਾਨ ਇੰਪੋਰਟ ਨਹੀਂ ਹੋ ਰਿਹਾ ਜਿਹਦੇ ਨਾਲ ਇੱਕ ਬਹੁਤ ਵੱਡਾ ਧੱਕਾ ਪੰਜਾਬ ਦੀ ਇੰਡਸਟਰੀ ਨੂੰ ਲੱਗਾ ਹੈ ਅਗਰ ਟ੍ਰੇਨਾਂ ਨਾ ਚੱਲੀਆਂ ਤੇ ਇੰਡਸਟਰੀ ਵਾਲੇ ਵੀ ਸਾਰੇ ਸੜਕਾਂ ਤੇ ਆ ਜਾਣਗੇ ਜੋ ਪੰਜਾਬ ਦੇ ਹਾਲਾਤ ਸੈਂਟਰ ਗਵਰਨਮੈਂਟ ਕਰ ਰਹੀ ਹੈ ਅਸੀਂ ਅਪੀਲ ਕਰਦੇ ਹਾਂ ਸੈਂਟਰ ਗਵਰਨਮੈਂਟ ਨੂੰ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਇੱਥੇ ਟ੍ਰੇਨਾਂ ਚਲਾਈਆਂ ਜਾਣ ਵਪਾਰ ਚੱਲ ਸਕੇ ਔਰ ਕਿਸਾਨਾਂ ਦੇ ਮੁੱਦੇ ਨੂੰ ਹੱਲ ਕੀਤਾ ਜਾ ਸਕੇ ਕਿ ਕਿਸਾਨ ਜਿਹੜੇ ਆ ਇਹ ਇੰਨੀ ਦੇਰ ਦੇ ਸੜਕਾਂ ਤੇ ਬੈਠੇ ਆ ਇਹਨਾਂ ਨੂੰ ਆਪਣੇ ਫੈਸਲੇ ਤੇ ਪੁਨੋ ਵਿਚਾਰ ਕਰਨਾ ਚਾਹੀਦਾ ਹੈ ਕਿ ਜਿਹੜਾ ਫੈਸਲਾ ਹੈ ਪੰਜਾਬ ਦੀ ਖੇਤੀ ਨੂੰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੇ ਕਿਸਾਨ ਨੂੰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਪਾਰ ਨੂੰ ਖਤਮ ਕੀਤਾ ਜਾ ਰਿਹਾ ਹੈ ਪਰ ਪੰਜਾਬ ਦਾ ਲੇਬਰ ਕਲਾਸ ਕਿਸਾਨ ਤੋਂ ਸਾਰੀਆਂ ਜਿੰਨੀਆਂ ਵੀ ਸਾਡੇ ਚਾਹੇ ਵਪਾਰ ਹੈ ਚਾਹੇ ਲੇਬਰ ਹਰ ਇੱਕ ਪ੍ਰਭਾਵਿਤ ਹੋਇਆ ਇਹ ਜਿਹੜਾ ਕਿਸਾਨ ਮਾਰੂ ਵਪਾਰ ਮਾਰੂ ਔਰ ਪੰਜਾਬ ਨੂੰ ਕਮਜ਼ੋਰ ਕਰਨ ਦਾ ਫੈਸਲਾ ਹੈ ਇਹ ਸੈਂਟਰ ਗਵਰਨਮੈਂਟ ਨੂੰ ਇੱਥੇ ਤੇ ਪੁਨੋ ਵਿਚਾਰ ਕਰਨਾ ਚਾਹੀਦਾ ਹੈ ਤੁਸੀਂ ਸਿੱਖ ਕੋਈ ਦੁਹਰਾਇ ਨਹੀਂ ਕਿ ਤੁਹਾਡੀ ਜਿੱਦਾਂ ਸੈਂਟਰ ਸਰਕਾਰ ਨਾਲ ਤੁਹਾਡੇ ਗੱਲ ਚੱਲ ਰਹੀ ਹੈ ਤੁਹਾਡੀ ਇੰਡਸਟਰੀ ਦੀ ਡਿਪਾਰਟਮੈਂਟ ਹੋਰ ਵੀ ਬਹੁਤ ਇੰਸਟੇਲ ਹੋਣੇ ਤੁਹਾਡੇ ਗੱਲ ਚੱਲ ਰਹੀ ਐ ਇਸ ਵੇਲੇ ਨਾ ਹਾਲਾਤ ਕੀ ਨੇ ਕੇਸ ਹਾਲਾਤ ਚੋਂ ਗੁਜ਼ਰ ਰਹੇ ਨੇ ਤੁਹਾਡਾ ਨਾਲ ਗੱਲ ਹੋਈ ਇਹ ਦਾਰੇ ਸਰ ਬਹੁਤ ਮਾੜੇ ਹਾਲਾਤ ਚ ਨੇ ਉਹਨਾਂ ਨੂੰ ਤਾਂ ਇਹ ਸੋਚਣਾ ਪੈ ਰਿਹਾ ਕਿ ਜਿਹੜੇ ਲੱਖਾਂ ਲੋਕ ਇੰਡਸਟਰੀ ਚ ਕੰਮ ਕਰਦੇ ਨੇ ਅਗਰ ਇਹੇ ਹਾਲਾਤ ਰਹੇ ਤਾਂ ਉਹਨਾਂ ਨੂੰ ਤਨਖਾਹ ਕਿੱਥੋਂ ਦੇਵਾਂਗੇ ਅੱਜ ਇਹੋ ਜਿਹੇ ਹਾਲਾਤ ਬਣ ਗਏ ਨੇ ਅੱਜ ਸਾਡਾ ਪੰਜਾਬ ਦਾ ਨੌਜਵਾਨ ਜਿਹੜਾ ਪੰਜਾਬ ਦੀ ਪੂੰਜੀ ਹੈ ਉਹ ਵੀ ਸੋਚਣ ਲੱਗ ਪਿਆ ਉਹਦੇ ਵੀ ਚਿਹਰੇ ਤੇ ਇੱਕ ਤਰ੍ਹਾਂ ਮੁਰਝਾ ਗਏ ਨੇ ਕਿ ਸਾਡੇ ਭਵਿੱਖ ਦਾ ਕੀ ਬਣੇਗਾ ਜੋ ਕੇਂਦਰ ਦਾ ਵਤੀਰਾ ਹੈ ਪੰਜਾਬ ਦੇ ਨਾਲ ਤੇ ਅਸੀਂ ਬੇਨਤੀ ਕਰਦੇ ਹਾਂ ਸੈਂਟਰ ਗਵਰਨਮੈਂਟ ਨੂੰ ਕਿ ਪੰਜਾਬ ਦੇ ਨਾਲ ਵਤੀਰਾ ਨਾ ਕੀਤਾ ਜਾਵੇ ਇਹੋ ਜਿਹਾ ਵਕਵਾਦ ਨਾ ਕੀਤਾ ਜਾਵੇ ਔਰ ਟ੍ਰੇਨ ਚਲਾਈਆਂ ਜਾਣ ਜਿਹੜੀ ਐਮਐਸਪੀ ਦਿੱਤੀ ਜਾਵੇ ਜਿਹੜੀ ਕਿਸਾਨਾਂ ਦੀ ਮੰਗ ਹੈ ਤਾਂ ਜੋ ਜਿਹੜਾ ਪੰਜਾਬ ਦਾ ਅੰਦੋਲਨ ਹੈ ਇਹ ਖਤਮ ਹੋ ਸਕੇ ਅਸੀਂ ਪਿਛਲੇ ਸਮੇਂ ਬੜੇ ਬੁਰੇ ਦਿਨ ਹੰਢਾਏ ਨੇ ਉਸ ਤੋਂ ਬਾਅਦ ਕਰੋਨਾ ਦੀ ਮਾਰ ਪਈ ਆ ਹੁਣ ਜਿਹੜੀ ਇੱਕ ਕਿਸਾਨਾਂ ਦੀ ਬਿੱਲਾਂ ਦੇ ਨਾਲ ਜਿਹੜੀ ਪੰਜਾਬ ਨੂੰ ਮਾਰ ਪੈ ਰਹੀ ਹੈ ਔਰ ਇਸ ਸੈਂਟਰ ਗਵਰਨਮੈਂਟ ਨੂੰ ਪੂਨ ਵਿਚਾਰ ਕਰਨਾ ਚਾਹੀਦਾ ਪੰਜਾਬ ਦਾ ਕਿਸਾਨ ਜਿਹੜਾ ਕਿ ਇਸ ਦੇਸ਼ ਦਾ 50% ਪੇਟ ਭਰਦਾ ਹੈ ਅੰਦਾਜ਼ਾ ਸਾਰੇ ਦੇਸ਼ ਦਾ ਪੰਜਾਬ ਦਾ ਅੱਜ ਉਹਦੇ ਨਾਲ ਕੀ ਹੋ ਰਿਹਾ ਅਗਰ ਸਾਡੀ ਕਿਸਾਨੀ ਨਹੀਂ ਰਹੀ ਤੇ ਸਾਡਾ ਵਪਾਰ ਵੀ ਖਤਮ ਹੋ ਜਾਏਗਾ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਵੀ ਜਿਹੜਾ ਕੇਂਦਰ ਹੈਗਾ ਆਪਣਾ ਜਿਹੜਾ ਰੁੱਖ ਹੈ ਉਹ ਅੜਿਆ ਰੁਖ ਅਪਣਾਇਆ ਹੋਇਆ ਜਿਸ ਨਾਲ ਇੱਕ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋ ਰਿਹਾ ਪੰਜਾਬ ਦੀ ਇੰਡਸਟਰੀ ਨੂੰ ਹੋ ਰਿਹਾ ਇਸ ਹਾਲਾਤ ਦੇ ਵਿੱਚ ਆਉਣ ਵਾਲਾ ਭਵਿੱਖ ਕੀ ਹੋਗਾ ਇੰਡਸਟਰੀ ਦਾ ਦੇਖੋ ਜੀ ਬਾਰ ਬਾਰ ਤੁਹਾਨੂੰ ਕਹਿ ਰਹੇ ਕਿ ਇੰਡਸਟਰੀ ਸਾਰੀ ਸੜਕਾਂ ਤੇ ਆ ਜਾਏਗੀ ਅਗਰ ਪੰਜਾਬ ਬੜੀ ਮੁਸ਼ਕਲ ਆਪਣੇ ਪੈਰਾਂ ਤੇ ਖੜਾ ਹੋਇਆ ਕਿੰਨੇ ਲੱਖਾਂ ਕਰੋੜਾਂ ਦੇ ਸਾਡੇ ਦੇ ਕਰਜ਼ੇ ਨੇ ਪੰਜਾਬ ਤੇ ਉਹ ਮਾੜੇ ਸਮੇਂ ਦੇ ਚੱਲੇ ਆਉਂਦੇ ਕਿ ਡਰ ਲੱਗ ਰਿਹਾ ਕਿ ਕੀ ਬਣੇਗਾ ਪੰਜਾਬ ਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਬਾਰ ਬਾਰ ਅਪੀਲ ਕਰਦੇ ਆ ਸੈਂਟਰ ਗਵਰਨਮੈਂਟ ਕਿ ਪੰਜਾਬ ਬਾਰੇ ਸੋਚਿਆ ਜਾਵੇ ਖੇਤੀ ਬਿੱਲਾਂ ਬਾਰੇ ਸੋਚਿਆ ਜਾਵੇ ਟ੍ਰੇਨਾਂ ਚਲਾਈਆਂ ਜਾਣ ਤਾਂ ਜੋ ਜਿਹੜੀ ਪੰਜਾਬ ਦੀ ਇੰਡਸਟਰੀ ਚੱਲ ਸਕੇ ਤੁਹਾਨੂੰ ਲੱਗਦਾ ਨਹੀਂ ਵੀ ਕੇਂਦਰ ਕਿਤੇ ਹੁਣ ਆਪਣਾ ਇੱਕ ਅੜਿਅਲ ਰੁਖ ਅਪਣਾਇਆ ਕਿਉਂਕਿ ਉਹਨਾਂ ਇੱਕ ਜਿੱਦ ਫੜ ਲਈ ਹੈ ਵੀ ਪੰਜਾਬ ਨੇ ਸਾਡਾ ਕਹਿਣਾ ਨਹੀਂ ਮੰਨਿਆ ਹਾਲਾਂਕਿ ਦੇਸ਼ ਦੀ ਬਾਕੀ ਸਟੇਟਾਂ ਨੇ ਸਾਡਾ ਕਹਿਣਾ ਮੰਨਿਆ ਬਿੱਲ ਸਾਡੇ ਨੂੰ ਐਕਸੈਪਟ ਕੀਤਾ ਲੇਕਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਖਿਲਾਫ ਬਿੱਲ ਪਾਸ ਕੀਤਾ ਕਿ ਉਹਦਾ ਇੱਕ ਰੁਖ ਸਰ ਸਭ ਤੋਂ ਜ਼ਿਆਦਾ ਪੰਜਾਬ ਦੀ ਕਿਸਾਨੀ ਪ੍ਰਭਾਵਿਤ ਹੋਈ ਸਾਡਾ ਇਹ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੀ ਕਿਸਾਨੀ ਪ੍ਰਭਾਵਿਤ ਹੋਈ ਹੈ ਇਸ ਕਰਕੇ ਅਸੀਂ ਇਹ ਬਿੱਲ ਪਾਸ ਕੀਤੇ ਨੇ ਅਗਰ ਅਸੀਂ ਪੰਜਾਬ ਦੇ ਕਿਸਾਨ ਦੀ ਰਾਖੀ ਨਾ ਕਰੀਏ ਲੋਕਾਂ ਨੇ ਸਾਨੂੰ ਚੁਣ ਕੇ ਲੈ ਕੇ ਆਏ ਨੇ ਅਸੀਂ ਲੋਕਾਂ ਦੀ ਗੱਲ ਨਾ ਕਰੀਏ ਅਗਰ ਸਾਡਾ ਕਿਸਾਨ ਦੁਖੀ ਹੈ ਸਾਡਾ ਵਪਾਰੀ ਦੁਖੀ ਹੈ ਸਾਡਾ ਇੰਡਸਟਰੀ ਵਾਲਾ ਦੁਖੀ ਹੈ ਤੇ ਅਸੀਂ ਚੁਣ ਕੇ ਕਿਉਂ ਆਏ ਸਾਡਾ ਰੋਲ ਕੀ ਹੈ ਅਸੀਂ ਪੰਜਾਬ ਦੀ ਗੱਲ ਨਾ ਕਰੀਏ ਜੇਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਅਸੀਂ ਗਲਤ ਹੈ ਇਹ ਚੀਜ਼ ਕਦੀ ਨਹੀਂ ਹੋ ਸਕਦੀ ਅਸੀਂ ਅਪੀਲ ਕਰਦੇ ਹਾਂ ਸੈਂਟਰ ਗਵਰਨਮੈਂਟ ਨੂੰ ਕਿ ਪੰਜਾਬ ਦੇ ਜਿਹੜੇ ਹਾਲਾਤ ਐ ਉਹ ਨਾਰਮਲ ਰੱਖੇ ਜਾਣ ਔਰ ਗੱਡੀਆਂ ਚਲਾਈਆਂ ਜਾਣ ਇਹਦੇ ਬਿੱਲਾਂ 'ਚ ਸੋਧ ਕੀਤੀ ਜਾਵੇ ਤਾਂ ਜੋ ਜਿਹੜਾ ਅੰਦੋਲਨ ਇੰਨੀ ਦੇਰ ਦਾ ਚੱਲਿਆ ਹੋਇਆ ਇਹ ਖਤਮ ਹੋ ਸਕੇ ਔਰ ਪੰਜਾਬ ਆਪਣਾ ਸ਼ਾਂਤਮਈ ਜਿਹੜਾ ਢੰਗ ਦੇ ਨਾਲ ਜਿਹੜਾ ਚੱਲ ਸਕੇ ਸੋ ਇਹ ਸਨ ਕੈਬਨ ਮੰਤਰੀ ਸੁਨਦਰ ਸ਼ਾਮ ਉਹੜਾ ਜਿਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਪੰਜਾਬ ਦੇ ਵਿੱਚ ਰੇਲਾਂ ਰੁਕੀਆਂ ਗਈਆਂ ਨੇ ਕਿਸਾਨ ਸੜਕਾਂ ਤੇ ਇਹ ਪੰਜਾਬ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਕੇਂਦਰ ਸਰਕਾਰ ਆਪਣਾ ਰੁਖ ਅੜੀ ਲਪਨਾਇਆ ਹੈ ਤੇ ਆਪਣੀ ਜ਼ਿੱਦ ਤੇ ਖਾਸ ਕਰ ਇਸ ਕਰਕੇ ਕਿਉਂਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਦੇ ਅਗੇਂਸਟ ਇੱਕ ਬਿੱਲ ਪਾਸ ਕੀਤਾ ਸੀ ਹੁਣ ਦੇਖਣਾ ਹੋਗਾ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਕੀ ਰੁੱਖ اختیار ਕਰਦੀ ਹੈ ਤਾਂ ਕਿ ਜਿਸ ਨਾਲ ਪੰਜਾਬ ਨੂੰ ਖੁਸ਼ਹਾਲੀ ਤੇ ਲੀਤ ਲਿਆਂਦਾ ਜਾਵੇ ਕੈਮਰਾਮੈਨ ਪ੍ਰਿੰਸ ਦੇ ਨਾਲ ਸਤਪਾਰਤਨ ਵਾਰਡ ਪੰਜਾਬੀ ਟੀਵੀ ਹੁਸ਼ਿਆਰਪੁਰ